a South Asian Canadian channel. ਵਾਈ ਮੀਡੀਆ ਗਰੁੱਪ ਦੇ ਸਾਰੇ ਦਰਸ਼ਕਾਂ ਨੂੰ ਇੰਦਰਜੀਤ ਸਿੰਘ ਬਖਸ਼ਿਲੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਨਜ਼ਰ ਮਾਰਦੇ ਹਾਂ ਦੇਸ਼ ਦੁਨੀਆ ਤੇ ਪੰਜਾਬ ਦੇ ਨਾਲ ਸੰਬੰਧਿਤ ਕੁਝ ਖਾਸ ਖਬਰਾਂ ਤੇ ਸਾਰਿਆਂ ਨੂੰ ਪਹਿਲਾਂ ਗੱਲ ਕਰਾਂਗੇ ਅੰਮ੍ਰਿਤਪਾਲ ਦੀ ਅੰਮ੍ਰਿਤਪਾਲ 18 ਤਰੀਕ ਤੋਂ ਪੁਲਿਸ ਤੋਂ ਅੱਗੇ ਭੱਜ ਰਹੇ ਨੇ ਅਤੇ ਪੁਲਿਸ ਉਹਨਾਂ ਦਾ ਪਿੱਛਾ ਕਰ ਰਹੀ ਹੈ ਲੇਕਿਨ ਅੰਮ੍ਰਿਤਪਾਲ ਅਜੇ ਤੱਕ ਪੁਲਿਸ ਦੀ ਪਕੜ ਦੇ ਵਿੱਚ ਨਹੀਂ ਆਏ ਨੇ ਅੱਜ ਉਹਨਾਂ ਦੇ ਨਾਲ ਹੀ ਸੰਬੰਧਿਤ ਇੱਕ ਵੱਡੀ ਖਬਰ ਜਿਹੜੀ ਹੈ ਉਹ ਨਿਕਲ ਕੇ ਸਾਹਮਣੇ ਆਈ ਹੈ ਅੰਮ੍ਰਿਤਪਾਲ ਦੇ ਧਰਮ ਪਤਨੀ ਕਿਰਨਦੀਪ ਕੌਰ ਅੱਜ ਅੰਮ੍ਰਿਤਸਰ ਦੇ ਏਅਰਪੋਰਟ ਪਹੁੰਚੇ ਉਹਨਾਂ ਦੇ ਵੱਲੋਂ UK ਦੇ ਬਰਮਿੰਗਮ ਦੇ ਵਿੱਚ ਜਾਣ ਵਾਲੀ ਫਲਾਈਟ ਦੇ ਵਿੱਚ ਉਹਨਾਂ ਜਾਣਾ ਸੀ ਜਿਸ ਨੂੰ ਲੈ ਕੇ ਉਹ ਅੰਮ੍ਰਿਤਸਰ ਦੇ ਇੰਟਰਨੈਸ਼ਨਲ ਏਅਰਪੋਰਟ ਤੇ ਪਹੁੰਚੇ ਸਨ ਲੇਕਿਨ ਉਹਨਾਂ ਨੂੰ ਉੱਥੇ ਡਿਟੇਨ ਕੀਤਾ ਗਿਆ ਏਜੰਸੀਆਂ ਦੇ ਵੱਲੋਂ ਉਹਨਾਂ ਦੇ ਨਾਲ ਜਾਂਚ ਦੇ ਵਿੱਚ ਉਹਨਾਂ ਨੂੰ ਸ਼ਾਮਿਲ ਕੀਤਾ ਗਿਆ ਪੁੱਛਗਿੱਛ ਉਹਨਾਂ ਤੋਂ ਕੀਤੀ ਗਈ ਕਿ ਉਹ ਕੀ ਕਰਨ ਜਾ ਰਹੇ ਨੇ ਅਤੇ ਖਾਸ ਕਰਕੇ ਤੁਹਾਨੂੰ ਦੱਸ ਦਈਏ ਕਿ ਇਸ 'ਚ ਵੱਡੀ ਖਬਰ ਇਹੀ ਹੈ ਕਿ 2.5 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਅੰਮ੍ਰਿਤਪਾਲ ਦੇ ਧਰਮਪਤਨੀ ਜਿਹੜੇ ਕਿਰਨਦੀਪ ਕੌਰ ਨੇ ਉਹਨਾਂ ਨੂੰ ਵਾਪਸ ਪਿੰਡ ਜੱਲੂਖੇੜਾ ਜਿਹੜਾ ਉਹ ਵਾਪਸ ਭੇਜ ਦਿੱਤਾ ਗਿਆ ਅੱਜ ਜਿਵੇਂ ਹੀ 11:30 ਦੇ ਕਰੀਬ ਅੰਮ੍ਰਿਤਸਰ ਦੇ ਏਅਰਪੋਰਟ ਦੇ ਉੱਤੇ ਕਿਰਨਦੀਪ ਕੌਰ ਪਹੁੰਚਦੇ ਨੇ ਉਦੋਂ ਤੋਂ ਹੀ ਮੀਡੀਆ ਦੀਆਂ ਨਜ਼ਰਾਂ ਜਿਹੜੀਆਂ ਨੇ ਉਹ ਇੰਟਰਨੈਸ਼ਨਲ ਏਅਰਪੋਰਟ ਜੋ ਕਿ ਸ਼੍ਰੀ ਗੁਰੂ ਰਾਮਦਾਸ ਏਅਰਪੋਰਟ ਜਿਹੜਾ ਹੈ ਉੱਥੇ ਲੱਗ ਗਈਆਂ ਹਰ ਕੋਈ ਜਾਣਨਾ ਚਾਹੁੰਦਾ ਸੀ ਕਿ ਕਿਰਨਦੀਪ ਕੌਰ ਭਾਰਤ ਨੂੰ ਛੱਡ ਕੇ ਵਾਪਸ UK ਕਿਉਂ ਜਾਣਾ ਚਾਹ ਰਹੇ ਨੇ ਅਤੇ ਜੋ ਜਾਣਕਾਰੀ ਸਾਹਮਣੇ ਨਿਕਲ ਕੇ ਆਈ ਕਿ UK ਦੀ ਬਰਮਿੰਗਮ ਵਾਲੀ ਫਲਾਈਟ ਸੀ ਜੋ 2:30 ਦੇ ਕਰੀਬ ਉੱਥੋਂ ਦੀ ਰਵਾਨਾ ਹੋਣੀ ਸੀ ਉਸ ਫਲਾਈਟ ਦੇ ਲਈ ਉਹਨਾਂ ਨੇ ਵੱਲੋਂ ਟਿਕਟ ਲਈ ਗਈ ਸੀ ਅਤੇ ਉਹਨਾਂ ਉਸ ਫਲਾਈਟ ਦੇ ਮਾਧਿਅਮ ਦੇ ਰਾਹੀਂ ਹੀ UK ਜਾਣਾ ਸੀ ਜਿਸ ਤੋਂ ਬਾਅਦ ਜਦੋਂ ਇਸ ਸੰਬੰਧੀ ਏਜੰਸੀਆਂ ਨੂੰ ਪਤਾ ਚੱਲਿਆ ਕਿ ਕਿਰਨਦੀਪ ਕੌਰ ਜਾਣਾ ਚਾਹੁੰਦੇ ਨੇ ਕਿਉਂਕਿ ਕਿਰਨਦੀਪ ਕੌਰ ਜਦੋਂ ਉੱਥੇ ਦੇਖੇ ਵੀ ਗਏ ਤਾਂ ਉਹਨਾਂ ਦੇ ਵੱਲੋਂ ਕਿਸੇ ਵੀ ਪ੍ਰਕਾਰ ਦਾ ਮੂੰਹ ਦੇ ਉੱਤੇ ਕੋਈ ਸਕਾਫ ਜਾਂ ਇਹ ਕਹਿ ਸਕਦੇ ਹਾਂ ਕਿ ਮਾਸਕ ਨਹੀਂ ਲਗਾਇਆ ਗਿਆ ਸੀ ਉਹ ਖੁਦ ਹੀ ਉਹਨਾਂ ਦੇ ਵੱਲੋਂ ਜਿਹੜਾ ਹੈਗਾ ਜਦੋਂ ਉੱਥੇ ਗਏ ਤਾਂ ਉਹਨਾਂ ਨੂੰ ਡਿਟੇਨ ਕੀਤਾ ਗਿਆ ਏਜੰਸੀਆਂ ਪੰਜਾਬ ਪੁਲਿਸ ਦੀ ਗੱਲ ਕਰੀਏ ਤਾਂ ਉਹ ਵੀ ਉੱਥੇ ਅਧਿਕਾਰੀ ਜਿਹੜੇ ਨੇ ਉੱਥੇ ਪਹੁੰਚੇ ਨੇ ਕਿਰਨਦੀਪ ਦੇ ਕੌਰ ਦੇ ਨਾਲ ਮੁਲਾਕਾਤ ਹੋਈ ਹੈ ਗੱਲਬਾਤ ਹੋਈ ਹੈ ਅਤੇ ਆਖਿਰਕਾਰ 2.5 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਜਿਹੜਾ ਕਿਰਨਦੀਪ ਕੌਰ ਨੂੰ ਜਿਹੜਾ ਵਾਪਸ ਜੱਲੂਖੇੜਾ ਪਿੰਡ ਜਿਹੜਾ ਉਹ ਭੇਜ ਦਿੱਤਾ ਗਿਆ ਕਿਉਂਕਿ ਖਬਰਾਂ ਜਿਹੜੀਆਂ ਸਨ ਹੁਣ ਇਹ ਵੀ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਏਜੰਸੀਆਂ ਡੂਡ ਇਸ ਚੀਜ਼ ਦਾ ਵੀ ਡਰ ਸੀ ਕਿ ਜਦੋਂ ਅੰਮ੍ਰਿਤਪਾਲ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਜਿਹੜੀ ਕਾਰਵਾਈ 18 ਤਰੀਕ ਨੂੰ ਕੀਤੀ ਗਈ ਸੀ ਉਸ ਤੋਂ ਬਾਅਦ ਜਿਹੜਾ ਸੀ UK ਦੀਆਂ ਅੰਬੈਸੀਆਂ ਦੇ ਵਿੱਚ ਵੱਡੀ ਤਾਦਾਦ ਦੇ ਵਿੱਚ ਪ੍ਰਦਰਸ਼ਨ ਜਿਹੜੇ ਸਨ ਉੱਥੇ ਦੇਖਣ ਨੂੰ ਮਿਲੇ ਸਨ UK ਦੇ ਵਿੱਚ ਭਾਰਤੀ ਅੰਬੈਸੀ ਦੇ ਉੱਤੇ ਆਪਾਂ ਵੇਖੀਏ ਕਿ ਉੱਥੇ ਖਾਲਿਸਤਾਨੀ ਸਮਰਥਕਾਂ ਦੇ ਵੱਲੋਂ ਵੱਡਾ ਪ੍ਰਦਰਸ਼ਨ ਕੀਤਾ ਗਿਆ ਉੱਥੇ ਝੰਡਾ ਨੂੰ ਵੀ ਜਿਹੜਾ ਹੈਗਾ ਉੱਥੇ ਜਿਹੜਾ ਸੀ ਉਹਨਾਂ ਦੇ ਨਾਲ ਝੰਡੇ ਨੂੰ ਵੀ ਜਿਹੜੀ ਹੈ ਉਤਾਰਿਆ ਗਿਆ ਜਿਸਦਾ ਸਖ਼ਤ ਇਤਰਾਜ਼ ਜਿਹੜਾ ਹੈਗਾ ਸੀ ਉਹ ਭਾਰਤ ਸਰਕਾਰ ਦੇ ਵੱਲੋਂ ਕੀਤਾ ਗਿਆ ਸੀ ਅਤੇ ਸੋ ਇੱਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਕਿਰਨਦੀਪ ਕੌਰ ਜੇਕਰ UK ਪਹੁੰਚ ਜਾਂਦੇ ਨੇ ਤਾਂ ਉੱਥੇ ਜਾ ਕੇ ਉਹ ਆਪਣੇ ਪਤੀ ਦੇ ਹੱਕ ਦੇ ਵਿੱਚ ਇੱਕ ਮੂਵਮੈਂਟ ਚਲਾ ਸਕਦੇ ਨੇ ਕਿਉਂਕਿ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਉੱਥੇ ਖਾਲਿਸਤਾਨ ਸਮਰਥਕਾਂ ਦੇ ਵੱਲੋਂ ਪ੍ਰਦਰਸ਼ਨ ਕੀਤੇ ਗਏ ਨੇ ਤਾਂ ਵੱਡੀ ਤਾਦਾਦ ਦੇ ਵਿੱਚ ਖਾਲਿਸਤਾਨ ਸਮਰਥਕ ਜਿਹੜੇ ਨੇ ਉਹ UK ਦੇ ਵਿੱਚ ਵੀ ਰਹਿੰਦੇ ਨੇ ਇਹੀ ਕਾਰਨ ਹੈ ਹੋ ਸਕਦਾ ਹੈ ਕਿ ਏਜੰਸੀਆਂ ਉਹਨਾਂ ਨੂੰ ਭਾਰਤ ਛੱਡਣ ਦੀ ਜਿਹੜੀ ਆ ਉਹ ਆਗਿਆ ਨਹੀਂ ਦੇ ਰਹੇ ਸਨ ਇੱਕ ਕਿਉਂਕਿ ਉਹਨਾਂ ਦੀ ਪਤਨੀ ਜਿਹੜੇ ਨੇ ਉਹ ਲਗਾਤਾਰ ਇੱਕ ਗੱਲ ਪਿਛਲੇ ਇੰਟਰਵਿਊ ਦੇ ਵਿੱਚ ਵੀ ਕਹਿੰਦੇ ਨਜ਼ਰ ਆਏ ਸਨ ਕਿ ਉਹਨਾਂ ਦੇ ਕੋਲ 6 ਮਹੀਨੇ ਦਾ ਵੈਲਿਡ ਜਿਹੜਾ ਵੀਜ਼ਾ ਜਿਹੜਾ ਹੈਗਾ ਭਾਰਤ ਦਾ ਹੈਗਾ ਅਤੇ ਉਸ ਤੋਂ ਬਾਅਦ ਉਹ ਜ਼ਰੂਰ ਆਪਣੇ ਵਤਨ ਜਿਹੜਾ ਹੈਗਾ ਜ਼ਰੂਰ ਜਾਣਗੇ ਲੇਕਿਨ ਅੱਜ ਜਿਸ ਤਰ੍ਹਾਂ ਉਹਨਾਂ ਨੂੰ ਰੋਕਿਆ ਗਿਆ ਕਿਉਂਕਿ ਫਰਵਰੀ ਦੇ ਵਿੱਚ ਅੰਮ੍ਰਿਤਪਾਲ ਹੋਣਾ ਦੇ ਨਾਲ ਉਹਨਾਂ ਦੀ ਸ਼ਾਦੀ ਹੁੰਦੀ ਹੈ ਅਤੇ ਉਹਨਾਂ ਦੇ ਵਿਆਹ ਨੂੰ ਕਿੰਨਾ ਸਮਾਂ ਹੋਇਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਪਰ ਕਦੋਂ ਉਹ ਭਾਰਤ ਆਏ ਸਨ ਇਸ ਬਾਰੇ ਅਜੇ ਪੁਖਤਾ ਜਿਹੜੀ ਜਾਣਕਾਰੀ ਜਿਹੜੀ ਹੈ ਉਹ ਫਿਲਹਾਲ ਨਹੀਂ ਹੈ ਪਰ ਜਿਸ ਤਰ੍ਹਾਂ ਕਿਰਨਦੀਪ ਕੌਰ ਨੂੰ ਵਾਪਸ ਭੇਜ ਦਿੱਤਾ ਗਿਆ ਉਸ ਤੋਂ ਬਹੁਤ ਸਾਰੇ ਲੋਕ ਵੀ ਜਿਹੜੇ ਨੇ ਉਹ ਨਾਰਾਜ਼ ਜਿਹੜੇ ਨੇ ਉਹ ਦੇਖੇ ਗਏ ਨੇ ਖਾਸ ਕਰਕੇ ਅੰਮ੍ਰਿਤਸਰ ਏਅਰਪੋਰਟ ਦੇ ਉੱਤੇ ਅੰਮ੍ਰਿਤਪਾਲ ਦੇ ਕੁਝ ਸਮਰਥਕ ਵੀ ਜਿਹੜੇ ਸਨ ਜੋ ਉਹਨਾਂ ਨੂੰ ਪਸੰਦ ਕਰਦੇ ਸਨ ਉਹਨਾਂ ਦੇ ਵੱਲੋਂ ਇਤਰਾ ਕਿਹਾ ਗਿਆ ਕਿ ਇਸ ਲੜਕੀ ਦਾ ਕੀ ਕਸੂਰ ਹੈ ਜਦਕਿ ਇਹਦੇ ਉੱਤੇ ਨਾ ਤਾਂ ਕੋਈ ਮਾਮਲਾ ਦਰਜ ਹੈ ਨਾ ਹੀ ਕਿਸੇ ਪ੍ਰਕਾਰ ਇਹਨਾਂ ਦੀ ਜਿਹੜੀ ਹੈ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ ਜੇ ਜੇਕਰ ਇਹ UK ਰਹਿੰਦੇ ਨੇ ਤਾਂ ਜੇਕਰ UK ਜਾਣਾ ਚਾਹੁੰਦੇ ਸਨ ਤਾਂ ਇਹਨਾਂ ਨੂੰ ਜਾਣ ਦੇਣਾ ਚਾਹੀਦਾ ਸੀ ਉਹਨਾਂ ਕਿਹਾ ਕਿ ਅਸੀਂ ਅੰਮ੍ਰਿਤਪਾਲ ਨੂੰ ਹਮੇਸ਼ਾ ਸੁਣਦੇ ਆਏ ਹਾਂ ਅਤੇ ਅੰਮ੍ਰਿਤਪਾਲ ਦੇ ਲਈ ਅਸੀਂ ਕੁਛ ਵੀ ਕਰ ਸਕਦੇ ਹਾਂ ਅਤੇ ਇਸ ਤਰ੍ਹਾਂ ਦੇ ਜਿਹੜੇ ਸਮਰਥਕ ਸਨ ਉਹ ਏਅਰਪੋਰਟ 'ਤੇ ਮਿਲੇ ਵੀ ਸਨ ਅਤੇ ਉੱਥੇ ਮੀਡੀਆ ਦੇ ਨਾਲ ਉਹਨਾਂ ਦੀ ਜਿਹੜੀ ਆ ਉਹ ਗੱਲਬਾਤ ਵੀ ਜਿਹੜੀ ਆ ਉਹ ਹੋਈ ਹੈ।